ਪੰਜਾਬ ਦੇ ਵਿੱਚ ਰਿਸ਼ਵਤਖੋਰਾਂ ਨੂੰ ਨੱਥ ਪਾਉਣ ਦੇ ਲਈ ਵਿਜੀਲੈਂਸ ਵਿਭਾਗ ਨੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਵੇਖਣ ਨੂੰ ਮਿਲਿਆ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ। ਵਿਜੀਲੈਂਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨਹਿਰੀ ਵਿਭਾਗ ਦੇ ਅਧਿਕਾਰੀ ਪਰਸ਼ੋਤਮ ਅਤੇ ਨਹਿਰੀ ਪਟਵਾਰੀ ਸੁਖਵਿੰਦਰ ਕੁਮਾਰ ਨੂੰ 13,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਦਬੋਚਿਆ। ਜਾਣਕਾਰੀ ਦੇ ਮੁਤਾਬਿਕ ਪਿੰਡ ਹਰੀਕੇ ਵਾਸੀ ਹਰਵਿੰਦਰ ਸਿੰਘ ਦੀ ਸ਼ਿਕਾਇਤ ਉੱਪਰ ਇਹ ਸਾਰੀ ਕਾਰਵਾਈ ਕੀਤੀ ਗਈ। ਦਰਅਸਲ ਇਹਨਾਂ ਰਿਸ਼ਵਤਖੋਰ ਮੁਲਾਜ਼ਮਾਂ ਨੇ ਜ਼ਮੀਨ ਨੂੰ ਪਾਣੀ ਦੇਣ ਲਈ ਖੇਤ ਨੂੰ ਜਾਂਦੇ ਖਾਲੇ ਵਿੱਚੋਂ ਕੱਟ ਲਗਵਾਉਣ ਅਤੇ ਪਾਣੀ ਦੀ ਪੱਕੀ ਵਾਰੀ ਦੇਣ ਦੇ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਸ਼ਿਕਾਇਤਕਰਤਾ ਪਹਿਲਾਂ ਹੀ ਇਹਨਾਂ ਨੂੰ 7,000 ਦੀ ਰਿਸ਼ਵਤ ਦੇ ਚੁੱਕਿਆ ਸੀ। ਦੋਸ਼ੀਆਂ ਖਿਲਾਫ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਬਠਿੰਡਾ ਸਥਿਤ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਹਨਾਂ ਨੇ ਅੱਜ 13,000 ਰੁਪਏ ਦੀ ਪਹਿਲੀ ਕਿਸ਼ਤ ਗੁਰਵਿੰਦਰ ਸਿੰਘ ਜਿਹੜਾ ਜ਼ਿਮੀਂਦਾਰ ਹੈ इन्हें आपका वाराबंदी बनाने लिए 13,000 की पहली किश्त पटवारी जिलेदार परशोत्तम दास कोटकपूरा नहरी जिलेदारे नहर महकमे का इन्हों सरायनगर विखे इन्होंने हासिल करनी सी। मुड़के असी जो गए हैं खिलाफ मुकदमा दर्ज करके मुड़के टैलीफोन से गांह जाते रहे कि तुम कोटकपूरे वाले मोड़ पर आ जाओ, जिते इन्हों असी सरकारी गवाहों की हाजिरी में रंगे हाथी 13,000 रुपए लेंदे काबू किया। ਕੋਰੋਨਾ ਵਾਇਰਸ ਦਾ ਕਹਿਰ ਪੰਜਾਬ 'ਚ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਪੀੜਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਜ਼ਿਲ੍ਹਾ ਰੂਪਨਗਰ 'ਚੋਂ ਕੋਰੋਨਾ ਵਾਇਰਸ ਦੇ 12 ਨਵੇਂ ਪੋਜ਼ਿਟਿਵ ਕੇਸ ਸਾਹਮਣੇ ਆਏ ਨੇ। ਇਸ ਦੇ ਨਾਲ ਹੀ ਰੋਪੜ ਦੇ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ 73 ਹੋ ਚੁੱਕੀ ਹੈ। ਜਾਣਕਾਰੀ ਦੇ ਮੁਤਾਬਿਕ 3 ਮਾਮਲੇ ਬੀਤੀ ਰਾਤ ਸਾਹਮਣੇ ਆਏ ਸਨ ਅਤੇ 9 ਮਾਮਲੇ ਅੱਜ ਸਵੇਰੇ ਸਾਹਮਣੇ ਆਏ ਨੇ। ਇੱਥੇ ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ 'ਚ ਕੁੱਲ 22,616 ਲੋਕਾਂ ਦੀ ਕੋਰੋਨਾ ਜਾਂਚ ਨਮੂਨੇ ਲਏ ਜਾ ਚੁੱਕੇ ਨੇ, ਜਿਨ੍ਹਾਂ 'ਚੋਂ 21,463 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਨੇ, ਜਦਕਿ ਹੁਣ ਤੱਕ ਪੋਜ਼ਿਟਿਵ ਕੇਸ 291 ਸਾਹਮਣੇ ਆ ਚੁੱਕੇ ਨੇ। ਇਸ ਦੇ ਨਾਲ ਹੀ 894 ਰਿਪੋਰਟਾਂ ਦਾ ਅਜੇ ਇੰਤਜ਼ਾਰ ਹੈ। ਕੋਰੋਨਾ ਵਾਇਰਸ ਦੇ ਜ਼ਿਲ੍ਹਾ ਰੂਪਨਗਰ 'ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਨਸਾ ਦੇ ਇੱਕ ਸਲੂਨ ਤੇ 2 ਧੜਿਆਂ ਦੌਰਾਨ ਹੋਈ ਜ਼ਬਰਦਸਤ ਲੜਾਈ ਦੇ ਦੌਰਾਨ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਗਿਆ। ਇਸ ਝਗੜੇ 'ਚ ਜਾਨ ਗਵਾਉਣ ਵਾਲਾ ਨੌਜਵਾਨ ਬਲਵਿੰਦਰ ਸਿੰਘ ਮਾਨਸਾ ਦਾ ਹੀ ਵਸਨੀਕ ਹੈ। ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਚਸ਼ਮਦੀਨ ਸੋਨੀ ਸਿੰਘ ਨੇ ਦੱਸਿਆ ਕਿ 3 ਦਰਜਨ ਨੌਜਵਾਨ ਨੇ ਸਲੂਨ ਤੇ ਰਿਵਾਲਵਰਾਂ, ਲਾਠੀਆਂ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ। ਬਲਵਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੁਲਾਬ ਸਿੰਘ ਗੰਭੀਰ ਜ਼ਖਮੀ ਹੋ ਗਿਆ। ਕੀ ਹੋਈ ਹੈ, ਕੀ ਗੱਲ ਹੋਈ ਹੈ ਸਰ? ਪੁਰਾਣੀ ਰਾਂਝੇ ਸੀਗੀ। ਅੱਛਾ। ਮੁੰਡੇ ਨਾਲ ਦਿਨ ਦੀ ਲੜਾਈ ਸੀਗੀ, ਉਹਨਾਂ ਨੇ ਲੜੀ ਜਾਂਦੇ ਸੀ ਮੁੰਡੇ ਆਪਸ 'ਚ, ਮੈਂ ਲੱਗਿਆ ਛਡਾਉਣ ਜੀ, ਉਹਨਾਂ ਨੇ ਪਿਸਤੌਲ ਕੱਢਿਆ। ਅੱਛਾ। ਅਤੇ ਫਾਇਰਿੰਗ ਕੀਤੀ ਉਹਨਾਂ ਨੇ। ਤੁਸੀਂ ਛੋਟੇ ਦੀਆਂ ਸੱਟਾਂ ਕਿਵੇਂ ਦਿੱਤੀਆਂ? ਸੱਟਾਂ ਉਹਨਾਂ ਨੇ ਮੇਰੇ ਮਾਰੀਆਂ ਜੇ ਮੈਂ ਛਡਾਉਣ ਸੀ ਆਪਸ 'ਚ। ਜਿਹੜਾ ਇਹ ਡੈਥ ਹੋਈ ਹੈ, ਇਹਦਾ ਕੀ ਸੌਣ ਦੇ ਸੀ? ਡੈਥ ਨਹੀਂ ਪਤਾ ਕਿਹੜਾ ਮੁੰਡੇ ਦੀ, ਕੋਈ ਸੌਣ ਦੇ ਕਿਸੇ ਨਾਲ ਨਹੀਂ, ਮੈਨੂੰ ਪਤਾ ਨਹੀਂ ਕਿਹੜੇ ਮੁੰਡੇ ਦੀ। ਪਤਾ ਨਹੀਂ, ਇੰਨਾ ਮੇਰੇ ਧਿਆਨ 'ਚ ਨਹੀਂ, ਉਹਨਾਂ ਨੇ ਸੈਟ ਲਈ ਮੈਂ ਬੈਠਾ ਲਿਆ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਲਾਬ ਸਿੰਘ ਹੈ ਜੀ। ਇਹ ਗਲੀ 'ਚ ਲੜਾਈ ਹੋ ਰਹੀ ਸੀ, ਅਸੀਂ ਛਡਾਉਣ ਵੱਗ ਗਏ, ਛਡਾਉਣ ਲੱਗ ਗਏ ਅਤੇ ਇੱਕ ਮੁੰਡੇ ਨੂੰ ਕੁੱਟੇ ਫੜ ਲਿਆ, ਉਹਨੇ ਪਿਸਤੌਲ ਕੱਢ ਲਿਆ ਟੱਬ 'ਚੋਂ, ਪਿਸਤੌਲ ਮੁੰਡਾ ਜਤਿੰਦਰ ਹੈ ਟਿੱਬੇ ਤੋਂ। ਲੱਲੂਆਣਾ ਉਹ ਉੱਥੇ ਕੋਟ ਦੇ ਟਿੱਬੇ 'ਤੇ। ਅੱਛਾ। ਅਤੇ ਉਹ ਫੜ ਲਏ ਪਿਸਤੌਲ, ਫੜ ਕੇ ਖੋਲ੍ਹ ਲਿਆ, ਕਹਿੰਦਾ ਗੋਲੀ ਚੱਲ ਰਹੀ, ਗੋਲੀ ਉਹ ਦੂਜੇ ਮੁੰਡੇ 'ਤੇ ਵੱਜੀ ਗਈ, ਉਹਨਾਂ ਨੇ ਪਤਾ ਇਹਨੂੰ ਢਾਲ ਲਿਆ, ਗੜਾਸੇ ਮਾਰ ਕੇ ਭੱਜ ਗਏ ਸਾਰੇ। ਹੈਂ? ਇਹਦਾ ਗੁਲਾਬ ਜੀ। ਉਹਦਾ ਹੀ ਪਤਾ ਨਹੀਂ। ਹਾਂ, ਇਹ ਛੁਡਾਉਂਦੇ ਸੀ, ਛੁਡਾਉਣ ਲੱਗ ਗਏ, ਗੋਲੀ ਬੰਦੂਕ ਕੱਢ ਲਈ, ਅਸੀਂ ਖੋਲ੍ਹ ਲੱਗ ਗਏ, ਉਹ ਗੋਲੀ ਚੱਲ ਗਈ ਉੱਥੇ। ਇੱਥੇ ਮੇਰੇ ਵੀ ਇੱਥੇ ਪੁੱਠੇ ਕਰਕੇ ਗੜਾਸੇ ਮਾਰੇ ਇਹਨਾਂ ਨੇ, ਮੈਨੂੰ ਵੀ ਡੇਗ ਲਿਆ ਸੀ ਉੱਥੇ, ਮੈਂ ਭੱਜ ਕੇ ਜਾਣਾ ਛੱਡਾ ਜੀ, ਮੈਂ ਭੱਜ ਕੇ। ਮੇਰਾ ਸਨੀ। ਦੂਜੇ ਪਾਸੇ ਮਾਨਸਾ ਦੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੋਨਾਂ ਨੌਜਵਾਨ ਜ਼ਖਮੀ ਹਾਲਤ 'ਚ ਆਏ ਸਨ। ਉਹਨਾਂ ਵਿੱਚੋਂ ਇੱਕ ਤੇ ਛਾਤੀ ਵਿੱਚ ਗੋਲੀ ਲੱਗੀ ਸੀ ਅਤੇ ਕੁਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ ਤੇ ਦੂਸਰੇ ਦਾ ਇਲਾਜ ਚੱਲ ਰਿਹਾ ਹੈ। ਕੋਈ 6:45 ਵਜੇ ਇੱਥੇ ਆਇਆ ਅਤੇ ਉਹਦੇ ਗੋਲੀ ਲੱਗੀ ਹੋਈ ਸੀ ਖੱਬੇ ਪਾਸੇ ਛਾਤੀ 'ਚ, ਅਤੇ ਉਹ ਜਲਦੀ 10 ਮਿੰਟ 'ਚ ਕੋਲੈਪਸ ਕਰ ਗਿਆ। ਉਹਦੀ ਬੰਦੀ ਕਾਰਵਾਈ ਸਾਰੀ ਕੀਤੀ ਗਈ, ਉਸ ਨੂੰ ਇਨਫੋਰਮ ਕੀਤਾ ਗਿਆ। ਜਿਹੜੀ ਹੁਣ ਬਾਡੀ ਹੈ ਉਹ ਮੋਰਚਰੀ 'ਚ ਸ਼ਿਫਟ ਕਰਾ ਦਿੱਤੀ ਗਈ, ਪੁਲਿਸ ਆਪਣੀ ਬੰਦੀ ਕਾਰਵਾਈ ਵੀ ਕਰ ਰਹੀ। ਕੈਪਟਨ ਸਰਕਾਰ, ਕੈਪਟਨ ਸਰਕਾਰ, ਕੈਨੀ ਪੰਡਾਲਾ।
माझे दे पिंड मुच्छल च जहरीली शराब कारण होईयां मौतां खिलाफ श्रोमणी अकाली दल दी अमृतसर जिले दी लीडरशिप वल्लों जिले दे जंडियाला गुरु हलके दे कांग्रेसी विधायक सुखविंदर सिंह डैनी बंडाला दी कोठी दा घिराओ कीता गया। इस दौरान पुलिस ने बैरीगेडिंग करके अकाली वर्करां नूं डैनी बंडाला दी रिहायश तक तां नहीं जाण दित्ता, पर अकाली वर्करां ने कुछ दूरी ते ही बैरीगेडिंग नेड़े पंजाब सरकार विरुद्ध जम के नारेबाजी कीती। डैनी बंडाला की कोठी का किया गया श्रोमणी अकाली दल वालों बहुत वही गिनती के जोड़े वर्कर आए हैं। ये उन्होंने गरीब लोगों की आवाज़ बन के आए हैं जिन्हों के 112 के करीब 10 के करीब जिहड़ियां मौतां जहरीली शराब कैमिकल जिन्होंने आप जहर कहते उसके करके ये घटना वापरी। तो कैप्टन अमरिंदर सिंह आप मानता भी कतल हुए हैं, तो इन दोषियों के खिलाफ जरूर कार्रवाई 2302 की होनी चाहिए आ। तो जेडे पुश्त पनाई करते पे ने जेडे मेन किंग पिन ने जेडे MLA ने यह सारे खिलाफ होनी चाहिए। अभी पीड़ित परिवार आए हैं जेड़े परिवार के जी चल गए हैं, गरीब भी इन्नी है भी संस्कार करूँ जो भोग पाने पैसे नहीं। सोहा साहब वाल मूँह करके कहा कि मैं 4 हफ्तों लक तोड़ दाँगा या खत्म कराँगा, तो हज़ारों की तादाद नौजवान जोड़े आ वो पिछले 3.5 साल इस नशिया करके जोड़े आ एक्सपायर हो गए हैं। आ तो हूँ हद ही होगी जो 100 तो उपर 125 बंदा तकरीबन 110-112 के करीब जड़िया मौत हुई इन्हें सारू हिला के रखता। दूसरी गल है जी जे पिछले समय थोड़े दिन दौरान जहरीली शराब पी के बंदे जोड़े मर गए थे उन्होंने परिवारों को मिल के आए। मेरे हल्के भी खलजिया मधेपुर पिंड संगतपुर के पिंड 3 मौत हुई ने, तो मैं उत्थे परिवार को जाके आँ तो इन्ना क मन उत्थे दुखी होया कि गरीब परिवार उन्होंने माता प्यो बेचारा चल फिर नहीं सकते, तो अनमैरिड दोवें भरा सी जिन्हों की मौत हो गई आ, बड़ा दुख होया। तो असी अज ये प्रोटेस्ट करना आया श्रोमणी अकाली दल कि उन्होंने सख्त तो सख्त जी सज़ा मिलनी चाहिए है जिन्होंने सरप्रस्ती हेटे जी जहरीली शराब विकती रही। इस दौरान अकाली वर्करां की कई बार पुलिस के नाल तकरार ते धक्का मुक्की भी हुई। पुलिस वालों लगातार अकाली वर्करां नूं समझाउण की कोशिश की जा रही थी, पर प्रदर्शनकारियों ने बैरीगेटिंग पार करने की कोशिश भी की। इस दौरान वख-वख अकाली आगुआ ने इल्जाम लगाया कि जहरीली शराब नाल होईयां मौतां लई सुखविंदर सिंह डैनी बंडाला जिम्मेवार है। तरन तारण के पिंड नूरदी च एक सबका फौजी वालों गोली मार के एक नौजवान का कतल करने का मामला सामने आया है। मृतक सुखचैन की उम्र 26 साल जो कि पिंड मेडिकल स्टोर का काम करता सी। सुखचैन की पिंड के ही सबका फौजी नाल सोशल मीडिया से वायरल हो रही किसी वीडियो को लेकर बहस हो गई। गल इन्नी वध गई कि सबका फौजी ने गोली मार के सुखचैन नूं मौत दे घाट उतार दिता। मृतक सुखचैन के पिता परमजीत सिंह ने इस पूरे मामले च इंसाफ की मांग की है। ਉਹਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ 'ਤੇ ਅਸੀਂ ਪਰਚਾ ਦਿੱਤਾ। ਉਹਨੇ ਦੱਸਿਆ ਵੀ ਇਹ ਜਿਹੜਾ ਜਸਵੀਰ ਸਿੰਘ ਫੌਜੀ ਸੀ ਇਹਨੇ ਸਾਡੇ ਤੋਂ ਬਦਨਾਮ ਕਰਨ ਵਾਸਤੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਸੀ। ਉਹਦੇ ਸੰਬੰਧ 'ਚ ਫਿਰ ਉਹਨਾਂ ਨੇ ਪੰਚਾਇਤ ਦੇ ਵਿੱਚ ਹੋਏ ਇਕੱਠੇ 3 ਤਰੀਕ ਨੂੰ। ਉੱਥੇ ਤਾਂ ਸਰਪੰਚ ਨੇ ਫਿਰ ਦਬਦਬਾ ਕਰਕੇ ਦੋਵਾਂ ਪਾਰਟੀ ਨੂੰ ਕਿਹਾ ਪਾ ਇਹਦਾ ਤਾਂ ਫੈਸਲਾ ਕਰਾ ਦਿੱਤਾ। ਉਸ ਤੋਂ ਬਾਅਦ ਇਹ ਫੌਜੀ ਨੇ ਰੰਜੇ 'ਚ ਰੱਖੀ ਅਤੇ ਉਹਨਾਂ ਦੀ ਪਰਿਵਾਰ ਸਾਰਾ ਇਹ ਆਇਆ ਜੀ ਤੁਸੀਂ ਇਹ ਬੰਦਾ ਹੀ ਛਡਾਈਏ ਗਿਆ। ਇਹਨੇ ਫਿਰ ਉਹਦੇ ਘਰ ਤੋਂ ਉਹਦੇ ਮਾਰਤੀ ਗੋਲੀ ਸ਼ਰੀਆ ਮਾਰਤੀ ਗੋਲੀ ਉਹਦੇ ਨਾਲ ਇਹਦੇ ਭਰਾ ਸੀ ਇਹਦੇ ਪਰਿਵਾਰ ਮੈਂਬਰ ਹੀ ਉੱਥੇ ਸੀ ਸਾਰੇ। ਉਹਨਾਂ ਨੂੰ ਪਹਿਲਾਂ ਰਸਤਾ ਆਉਂਦੇ ਨੂੰ ਉਹਨਾਂ ਨੂੰ ਘੇਰਿਆ ਪਹਿਲਾਂ ਰਸਤੇ ਜਾਂਦੇ ਆ ਉਹ ਜਾਣਦੇ ਸੀ ਗਲੀ ਦੇ ਵਿੱਚ। ਇੱਕ ਉਹਨਾਂ ਦਾ ਗੁਰਪ੍ਰੀਤ ਸੀਗਾ, ਇੱਕ ਉਹਦਾ ਡੈਡੀ ਪਰਮਜੀਤ ਅਤੇ ਕਈ ਮੁੰਡਾ ਸੁਖੈਨ ਸਿੰਘ ਅਤੇ ਸੁਖੈਨ ਸਿੰਘ ਜੀ ਦੇ ਮੌਕੇ ਦੀ ਡੈਥ ਹੋ ਗਈ ਹਸਪਤਾਲ ਕੇ। ਜਿਹੜਾ ਗੁਰਪ੍ਰੀਤ ਉਹ ਸ਼ਰੇ ਲੱਗੀ ਉਹਦੇ 6 ਬੰਦੇ ਪਤਾ ਜੀ। ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲਾ ਮੌਤਾਂ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਪੂਰੇ ਪੰਜਾਬ ਭਰ ਦੇ ਵਿੱਚ 111 ਮੌਤਾਂ ਹੋ ਚੁੱਕੀਆਂ ਨੇ। ਪੂਰਾ ਪੁਲਿਸ ਪ੍ਰਸ਼ਾਸਨ ਇਸ ਜ਼ਹਿਰੀਲੀ ਸ਼ਰਾਬ ਨੂੰ ਬਣਾਉਣ ਅਤੇ ਵੇਚਣ ਵਾਲਿਆਂ ਦੀ ਚੇਨ ਤੋੜਨ 'ਚ ਲੱਗਿਆ ਹੋਇਆ ਹੈ। ਦੱਸ ਦਈਏ ਕਿ ਹੁਣ ਤੱਕ ਪੰਜਾਬ ਭਰ 'ਚ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 111 ਤੱਕ ਪਹੁੰਚ ਗਈ ਹੈ। ਹੁਣ ਵੇਖਣਾ ਇਹ ਹੋਏਗਾ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਕੰਮ ਕਿੱਥੋਂ ਅਤੇ ਕਿਵੇਂ ਸ਼ੁਰੂ ਹੋਇਆ, ਇਹ ਜ਼ਰੂਰ ਇੱਕ ਭੇਦ ਬਣਿਆ ਹੋਇਆ ਹੈ। ਫਿਲਹਾਲ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਪਕਣੀ ਜ਼ਰੂਰ ਸ਼ੁਰੂ ਹੋ ਗਈ ਹੈ।